मैं इंडिया सरकार तो अपील कर दिया कि मेरे बाद भी शादी तो शादी में कि मेरे को मेरे बच्चे को भेज मेरी रिक्वेस्ट है बेनती है। पिछले दिन ही एक शिप यूएई तो यमन दे लई रवाना होया सी जो कि ओमान दे समुंदर दे विच दुर्घटनाग्रस्त हो गया सी जिस दे चलदे 16 क्रू मेंबर लापता दसे जा रहे ने जिन्हां विचों 10 नू रेस्क्यू कर लिया गया सी ते इन्हां 10 दे विचों एक दी मौत हो गई सी जबकि 6 क्रू मेंबर अजे भी लापता दसे जा रहे ने जिन्हां विच 4 ਭਾਰਤੀ ਮੂਲ ਦੇ ਕਰੂ ਮੈਂਬਰ ਨੇ ਅਤੇ ਇਨ੍ਹਾਂ 4 ਵਿੱਚੋਂ ਇੱਕ ਪਠਾਨਕੋਟ ਦਾ ਵਸਨੀਕ ਵੀ ਹੈ ਜਿਨ੍ਹਾਂ ਦਾ ਨਾਮ ਰਜਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਰਜਿੰਦਰ ਸਿੰਘ ਇਸ ਸ਼ਿਪ ਦੇ ਵਿੱਚ ਬਤੌਰ ਚੀਫ ਅਫਸਰ ਤੈਨਾਤ ਸੀ ਜਿਸ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ। ਇਸ ਦੇ ਚਲਦੇ ਹੀ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਅਤੇ ਪਰਿਵਾਰ ਵਾਲੇ ਬਹੁਤ ਜ਼ਿਆਦਾ ਪਰੇਸ਼ਾਨ ਨੇ। ਇਸ ਸੰਬੰਧੀ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਕਸਰ ਹੀ ਰਜਿੰਦਰ ਸਿੰਘ ਵੱਲੋਂ ਆਪਣੇ ਕਰੂ ਮੈਂਬਰਾਂ ਦੇ ਨਾਲ ਫੋਟੋਆਂ ਤੇ ਸ਼ਿਪ ਦੀ ਵੀਡੀਓਜ਼ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਸਨ ਪਰ ਪਿਛਲੇ 7 ਦਿਨ ਤੋਂ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਤੇ ਨਾ ਹੀ ਕੋਈ ਫੋਟੋ ਸ਼ੇਅਰ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਫੋਨ ਆਇਆ ਸੀ ਕਿ ਉਹਨਾਂ ਦਾ ਸ਼ਿਪ ਹਾਦਸਾ ਗ੍ਰਸਤ ਹੋ ਚੁੱਕਿਆ ਹੈ ਤੇ ਉਹਨਾਂ ਦੀ ਭਾਲ ਜਾਰੀ ਹੈ। ਇਸ ਮੌਕੇ ਉਹਨਾਂ ਨੇ ਸਰਕਾਰ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਸਰਚ ਆਪਰੇਸ਼ਨ ਬੰਦ ਨਾ ਕਰ ਦਿੱਤਾ ਗਿਆ ਹੋਵੇ। ਇਸ ਲਈ ਉਹਨਾਂ ਦੀ ਭਾਰਤ ਸਰਕਾਰ ਅੱਗੇ ਅਪੀਲ ਹੈ ਕਿ ਜਦੋਂ ਤੱਕ ਰਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਚੱਲਦਾ ਇਹ ਸਰਚ ਆਪਰੇਸ਼ਨ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਤਾਂ ਜੋ ਉਹਨਾਂ ਨੂੰ ਪਤਾ ਚੱਲ ਸਕੇ ਕਿ ਆਖਿਰ ਉਹਨਾਂ ਦੇ ਪਰਿਵਾਰਕ ਮੈਂਬਰ ਦਾ ਕੀ ਹਾਲ ਹੈ। ਨਿਰਮਲ ਮਨਹਾਸ, ਮੈਂ ਮਿਸਿਜ ਰਜਿੰਦਰ ਮਨਹਾਸ, ਮੇਰੇ ਹਸਬੈਂਡ 15-20 ਸਾਲ ਤੋਂ ਮਰਚੈਂਟ ਨੇਵੀ 'ਚ ਕੰਮ ਕਰ ਰਹੇ ਹੈ। 11 ਜੁਲਾਈ ਨੂੰ ਗਏ, ਠੀਕ ਠਾਕ ਸੀ, ਉਹਦੇ ਬਾਅਦ ਵਿੱਚ ਇਹਨਾਂ ਨੇ ਸੇਲ ਕੀਤੀ ਹੈ। ਸਾਨੂੰ ਨਿਊਜ਼ ਮਿਲੀ 14 ਤਰੀਕ ਰਾਤ ਨੂੰ ਕਿ ਉਹਨਾਂ ਦੇ ਸ਼ਿਪ ਪਲਟੀ ਹੋ ਗਿਆ। ਉਹਦੇ ਬਾਅਦ ਵਿੱਚ 15-16-17 ਤਰੀਕ ਨੂੰ 9 ਬੰਦੇ ਮਿਲੇ ਆ। 16 ਆਦਮੀ ਉਸ ਸ਼ਿਪ 'ਚ ਕੰਮ ਕਰ ਰਹੇ ਸੀ ਜਿਨ੍ਹਾਂ ਵਿੱਚੋਂ 9 ਮਿਲ ਗਏ, ਇੱਕ ਡੈਡ ਬੋਡੀ ਮਿਲੀ, ਲੇਕਿਨ 6 ਬੰਦਿਆਂ ਦਾ ਕੋਈ ਪਤਾ ਨਹੀਂ। ਸਾਡੇ ਬੱਚਿਆਂ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੈ। ਮੈਂ ਇੰਡੀਆ ਸਰਕਾਰ ਤੋਂ ਅਪੀਲ ਕਰਦੀ ਹਾਂ ਮੇਰੇ ਬਾਅਦ ਮੈਨੂੰ ਛੇਤੀ ਤੋਂ ਛੇਤੀ ਮੇਰੇ ਕੋਲ ਮੇਰੇ ਬੱਚਿਆਂ ਕੋਲ ਭੇਜ ਦਿਓ। ਮੇਰੀ ਰਿਕੁਐਸਟ ਹੈ, ਬੇਨਤੀ ਹੈ। ਹਾਂਜੀ, ਮੇਰਾ ਨਾਮ ਡਾਕਟਰ ਨਿਸ਼ਾਂਤ ਹੈ। मैं डैड अभी रिसेंटली शिप में ज्वाइन किया था उन्होंने, तो वो दकम पोर्ट के पास ओमान के पास में उनकी शिप कैप्साइज हुई थी रिसेंटली। तो ये 14th की रात की बात है जब उन्होंने एक डिस्ट्रेस कॉल डाला था। तो उसके बाद हमें इन्फॉर्मेशन इन्होंने ट्यूसडे की रात को दी थी कंपनी के मैनेजर ने कि इस कि मंडे को ऐसा हादसा हुआ है और ये तब से हमें वो मिल नहीं रहे हैं। तो फिर हमें 17th की बात है कि 9 लोग की लाइफ बोट में वो वापस मिले थे और एक डेड बॉडी मिली थी, लेकिन उसके बाद से जो 6 लोग और जो थे टोटल 16 क्रू में से, वो अभी भी 6 लोग अब तक लापता है। उनका अब तक हमें कोई इन्फॉर्मेशन नहीं है, कुछ नहीं है। नेवी और वो कोशिश करे ढूंढने की, बट हमें अब तक कोई उनका आगे का इन्फॉर्मेशन नहीं मिला है। तो हमारी यही रिक्वेस्ट है मिनिस्ट्री ऑफ एक्सटर्नल अफेयर और एस जयशंकर जी से कि हमें एटलीस्ट इसके बारे में कुछ आगे का और मिले, कुछ हमें इसमें हम मदद की जाए हमारे, और कि हम आगे इसके ऊपर और उनकी जांच उनके लिए करती जाए, उनको सर्च एंड रेस्क्यू उनका कंटिन्यू रहे जब तक उनके बारे में मिलते नहीं है या फिर उनकी इंफॉर्मेशन कुछ नहीं मिलती कि कहाँ हैं, कैसे हैं, किस हालत में हैं। और अभी 15 तारीख से अभी
इतने 7 दिन हो गए उनको लापता हुए और अब तक उसके बारे में उनके बारे में कुछ इंफॉर्मेशन नहीं है। मैं डॉक्टर दीपक मेरा नाम, मेरे ससुर जी से फादर इन लॉ ਅਤੇ ਇੰਨੇ ਸਾਲਾਂ ਤੋਂ ਮਰਚੈਂਟ ਨੇਵੀ ਦਾ ਕੰਮ ਕਰ ਰਿਹਾ, ਪਹਿਲੇ ਇੰਡੀਅਨ ਨੇਵੀ 'ਚ ਵੀ ਸੀਗੇ, ਉੱਥੋਂ ਰਿਟਾਇਰ ਹੋ ਕੇ ਉਹਨਾਂ ਨੇ ਮਰਚੈਂਟ ਨੇਵੀ ਜੁਆਇਨ ਕੀਤਾ। ਅਤੇ ਹਰ ਸਾਲ ਉਹ 6 ਮੰਥਸ ਘਰ 'ਚ ਅਤੇ 6 ਮੰਥਸ ਜੋਬ 'ਤੇ ਹੁੰਦੇ ਸੀ, 6 ਮਹੀਨੇ ਸ਼ਿਫਟ। ਉਹਨਾਂ ਦਾ ਆਲਮੋਸਟ ਇਹ ਲਾਸਟ ਟੂਰ ਮੰਨ ਸਕਦੇ ਹਾਂ ਇਸ ਫੈਕਟਰੀ ਦੇ ਹਿਸਾਬ ਨਾਲ, ਇੰਨੇ ਸਾਲਾਂ ਤੋਂ ਐਜ਼ ਏ ਚੀਫ ਔਫਿਸਰ ਕੰਮ ਕਰਦੇ ਆਏ ਆ। ਅਤੇ ਐਤਕੀ ਉਹਨਾਂ ਦਾ ਰੂਟੀਨ ਸੀਗਾ, ਹਰ ਰੋਜ਼ ਭਾਵੇਂ ਜਿੱਥੇ ਵੀ ਹੋਵੇ ਨੈਟਵਰਕ ਉਹਨਾਂ ਨੂੰ ਆ ਜਾਂਦਾ ਸੀਗਾ, ਉਹ ਵਟਸਐਪ 'ਤੇ ਗੁੱਡ ਮਾਰਨਿੰਗ, ਕੋਈ ਮੈਸੇਜ, ਕੋਈ ਸ਼ਿਪ ਦੀ ਫੋਟੋ, ਕਰੂ ਨਾਲ ਫੋਟੋ, ਆਲਮੋਸਟ ਸਾਰੀਆਂ ਆਪਾਂ ਤੁਹਾਨੂੰ ਵੀ ਸ਼ੇਅਰ ਕਰੂੰਗੇ, ਉਹ ਕਰਦੇ ਰਹੇ ਐਤਵਾਰ ਤੱਕ। ਅਤੇ ਅੱਜ ਨੈਕਸਟ ਐਤਵਾਰ ਆ ਗਿਆ, ਉਹ ਐਤਵਾਰ ਤੋਂ ਬਾਅਦ ਇਸ ਐਤਵਾਰ ਤੱਕ ਪੂਰੇ 7 ਦਿਨਾਂ 'ਤੇ ਅੱਜ ਤੱਕ ਕੋਈ ਉਹਨਾਂ ਵੱਲੋਂ ਕੋਈ ਮੈਸੇਜ ਜਾਂ ਉਹਨਾਂ ਦਾ ਫੋਨ ਨਹੀਂ ਮਿਲ ਰਿਹਾ। ਆਪਾਂ ਵੀ ਮਿਲਾ ਮਿਲਾ ਕੇ ਕੋਸ਼ਿਸ਼ ਕਰਕੇ ਦੇਖ ਲਈ, ਨਹੀਂ ਮਿਲਿਆ। ਪਹਿਲੇ ਦਿਨ ਸੋਮਵਾਰ ਨੂੰ ਆਪਾਂ ਉਹਨਾਂ ਦੀ ਕੰਪਨੀ ਨਾਲ ਵੀ ਗੱਲ ਕੀਤੀ, ਮੀਡੀਆ ਸੋਰਸਿਸ ਨਾਲ ਵੀ ਕਨਫਰਮ ਕੀਤਾ, ਗਵਰਨਮੈਂਟ ਸੋਰਸਿਸ ਨੂੰ ਵੀ ਟਵਿੱਟਰ 'ਤੇ ਕੰਟੈਕਟ ਕੀਤਾ, ਕਿਸੇ ਨੂੰ ਕੁਛ ਪਤਾ ਨਹੀਂ ਸੀਗਾ। ਮੰਗਲਵਾਰ ਲੇਟ ਨਾਈਟ 10 ਵਜੇ ਸਾਨੂੰ ਇਨਫੋਰਮੇਸ਼ਨ ਮਿਲਦੀ ਪਈ ਆ ਕਿ ਉਹਨਾਂ ਦੀ ਕੰਪਨੀ ਵੱਲੋਂ ਨੈਟਕੋ FZE ਕੰਪਨੀ ਆ, ਉਹਨਾਂ ਨੇ ਦੱਸਿਆ ਕਿ ਜਿਹੜਾ ਪ੍ਰੈਸਟੀ ਫੈਲਕੋਨ ਜਹਾਜ਼ ਜੋ ਕਿ ਓਮਾਨ ਵੱਲੋਂ ਕ੍ਰੋਸ ਕਰ ਰਿਹਾ ਸੀ, ਜੋ ਕਿ ਯਮਨ ਜਾਣਾ ਸੀਗਾ ਅੱਗੇ, ਅਤੇ ਉਹ ਕਿਸੇ ਤਰ੍ਹਾਂ ਕੈਪਸਾਈਜ਼ਡ ਹੋ ਗਿਆ, ਮਤਲਬ ਪਲਟ ਗਿਆ ਜਾਂ ਡੁੱਬ ਗਿਆ, ਜੋ ਵੀ ਟੈਕਨੀਕਲ ਇਸ਼ੂ ਸੀਗਾ। ਅਤੇ ਉਸ ਤੋਂ ਬਾਅਦ ਰੈਸਕਿਊ ਆਪਰੇਸ਼ਨ ਉਹਨਾਂ ਨੇ ਚਾਲੂ ਕੀਤਾ, ਅਤੇ ਬੁੱਧਵਾਰ 17 ਤਰੀਕ ਨੂੰ, ਮਤਲਬ ਐਤਵਾਰ ਲੇਟ ਨਾਈਟ ਕਹਿ ਲਓ ਜਾਂ ਸੋਮਵਾਰ ਸਵੇਰ ਤੋਂ ਲੈ ਕੇ ਬੁੱਧਵਾਰ 17 ਤਰੀਕ ਨੂੰ ਰਾਤ ਤੱਕ ਉਹਨਾਂ ਨੂੰ 10 ਬੰਦੇ ਮਿਲਦੇ ਆ, ਜਿਹਦੇ ਵਿੱਚੋਂ 9 ਸਹੀ ਕੰਡੀਸ਼ਨ 'ਚ ਆ ਬਿਲਕੁਲ, ਜਿਹਨਾਂ 9 ਦੇ 9 ਨੂੰ ਘਰ 'ਚ ਵੀ ਆਪਣੇ ਇਨਫੋਰਮੇਸ਼ਨ ਦੇਣ ਲਈ 2-2 ਮਿੰਟ ਸਾਰਿਆਂ ਨੂੰ ਗੱਲ ਕਰਾਈ ਗਈ ਆ ਸੈਟੇਲਾਈਟ ਫੋਨ ਨਾਲ। ਅਤੇ ਜਿਹੜਾ 10ਵਾਂ ਬੰਦਾ ਸੀਗਾ ਉਹ ਕੁਦਰਤੀ ਅਨਫੋਰਚੁਨੇਟਲੀ ਉਹ ਐਕਸਪਾਇਰਡ ਮਿਲਿਆ ਇਹਨਾਂ ਨੂੰ ਉੱਥੇ, ਕਿਉਂਕਿ ਉਹਦੇ ਸਿਰ 'ਤੇ ਕਹਿੰਦੇ ਸੱਟ ਲੱਗ ਗਈ, ਰੈਸਕਿਊ ਕਰਦੇ ਹੋ। ਬਟ ਬਾਕੀ 6ਾਂ ਦਾ ਕੋਈ ਇਨਫੋਰਮੇਸ਼ਨ ਨਹੀਂ ਆ, ਨਾ ਕੋਈ ਸਾਨੂੰ ਪਤਾ ਚੱਲ ਪਾ ਰਿਹਾ ਕਿ ਕੋਈ ਲਾਈਫ ਬੋਟ 'ਚ ਗਏ, ਨਹੀਂ ਗਏ, ਕੋਈ ਲਾਈਫ ਰਾਫਟ 'ਚ ਗਏ। ਮਤਲਬ ਇੰਨਾ ਤਾਂ ਕਲੀਅਰ ਇਹਨਾਂ ਨੇ ਕੀਤਾ ਕਿ ਸ਼ਿਪ 'ਚ ਨਹੀਂ ਮਿਲੇ, ਪਰ ਜੇ ਸ਼ਿਪ 'ਚ ਓਇਲ ਟੈਂਕਰ 'ਚ ਨਹੀਂ ਮਿਲੇ ਤਾਂ ਕਿੱਥੇ ਤਾਂ ਮਿਲਣਾ। ਜੇ ਉਹ ਡੈਡ ਕੰਡੀਸ਼ਨ 'ਚ ਵੀ ਕੋਈ 9-6 'ਚੋਂ ਹੈ, ਐਟਲੀਸਟ ਸਾਨੂੰ ਉਹਦੇ ਬਾਰੇ ਦੱਸ ਦਿੱਤਾ ਜਾਵੇ ਕਿ ਬਈ ਉਹ ਗਲਤ ਹਾਲਤ 'ਚ ਆ ਜਾਂ ਸਹੀ ਹਾਲਤ 'ਚ। ਸਾਨੂੰ ਕੋਈ ਇਨਫੋਰਮੇਸ਼ਨ ਨਹੀਂ, ਆਪਾਂ ਬਿਲਕੁਲ ਹਰ ਚੀਜ਼ ਦੇ ਸੋਲੂਸ਼ਨ ਸੁਣਨ ਨੂੰ ਤਿਆਰ ਹਾਂ, ਚਾਹੇ ਪੋਜ਼ਿਟਿਵ ਹੋਵੇ ਰਿਪੋਰਟ, ਚਾਹੇ ਨੈਗੇਟਿਵ, ਲੇਕਿਨ ਐਟਲੀਸਟ ਲੁਕੋਇਆ ਨਾ ਜਾਵੇ। ਲੁਕੋ ਕੇ ਇੱਕ ਇਦਾਂ ਦੀ ਮੈਂਟੈਲਿਟੀ 'ਚ ਆਪਾਂ ਆ ਚੁੱਕੇ ਹਾਂ ਕਿ ਤੁਸੀਂ ਮੰਨ ਨਹੀਂ ਸਕਦੇ ਕਿ ਕੋਈ ਰਿਸਪੋਂਸ ਨਹੀਂ ਆ। ਜਦੋਂ ਦਾ 17 ਤਰੀਕ, ਮੈਂ ਬਾਰ ਬਾਰ ਉਹੀ ਕਹਿ ਰਿਹਾ, 17 ਜੁਲਾਈ ਬੁੱਧਵਾਰ ਰਾਤ ਤੋਂ ਬਾਅਦ ਸਾਡੇ ਵੱਲ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆ। ਉਹ ਬਸ 9 ਬੰਦੇ 10 ਬੰਦਿਆਂ ਦਾ ਕੰਕਲੂਡ ਕਰਕੇ ਸਕਸੈਸਫੁਲ ਓਪਰੇਸ਼ਨ ਕਾਇੰਡ ਆਫ ਸ਼ੋਅ ਕਰਤਾ ਹੈ, ਬਟ ਬਾਕੀਆਂ 6 ਬਾਰੇ ਕੋਈ ਨਹੀਂ। ਜਿਹ 'ਚ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਲਾਪਤਾ ਵਿੱਚੋਂ 2 ਬੰਦੇ ਸ਼੍ਰੀਲੰਕਾ ਦੇ ਆ, ਜਿਹ 'ਚ ਕੈਪਟਨ ਸ਼੍ਰੀਲੰਕਾ ਦਾ ਵੀ ਸੀ, ਇੱਕ ਸੈਕਿੰਡ ਇੰਜੀਨੀਅਰ ਵੀ ਸੀਗਾ ਜਿਹੜਾ ਸ਼੍ਰੀਲੰਕਾ ਦਾ ਸੀ, ਪਲੱਸ 4 ਬੰਦੇ ਇੰਡੀਅਨ ਸੀ, ਜਿਹਦੇ ਵਿੱਚ ਇੱਕ ਸਾਡੇ ਫਾਦਰ ਸਾਹਿਬ ਸੀਗੇ, ਫਾਦਰ ਇਨ ਲਾਅ ਮੇਰੇ ਰਜਿੰਦਰ ਸਿੰਘ ਜੀ। ਅਤੇ ਆਪਾਂ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਹਨਾਂ ਦਾ ਸਟੇਟਸ ਪਤਾ ਕੀਤਾ ਜਾਵੇ, ਕਿਉਂਕਿ ਲੁਕੋ ਕੇ ਜਾਂ ਸਟੇਟਸ ਲੁਕੋ ਕੇ ਜਾਂ ਮਤਲਬ ਕੋਈ ਚੀਜ਼ ਨੂੰ ਕਲੈਰਿਟੀ ਨਾ ਦੇ ਕੇ, ਮੇਰੇ ਖਿਆਲ ਨਾਲ ਮੈਂਟਲ ਟਰੋਮਾ 'ਚ ਜਾਣ ਵਾਲਾ ਕੰਮ ਹੋ ਗਿਆ ਪੂਰੀ ਫੈਮਿਲੀ ਮੈਂਬਰ ਦਾ। ਅਤੇ ਇਹੀ ਆਪਾਂ ਰਿਕੁਐਸਟ ਕਰ ਸਕਦੇ ਹਾਂ ਕਿ ਕਿਰਪਾ ਕਰਕੇ ਕਲੈਰਿਟੀ ਦਿੱਤੀ ਜਾਵੇ ਕਿ ਲੋਕੇਸ਼ਨ ਕੀ ਆ। ਲੋਕੇਸ਼ਨ ਨਹੀਂ ਜੇ ਕਨਫਰਮ ਹੋ ਰਹੀ ਤਾਂ ਐਟਲੀਸਟ ਉਹਨਾਂ ਦਾ ਸਟੇਟਸ ਦੱਸ ਦਿੱਤਾ ਜਾਵੇ ਕਿ ਸਹੀ ਹਾਲਤ 'ਚ ਆ ਜਾਂ ਨਹੀਂ ਆ, ਕਿੱਥੇ ਆ ਕੀ ਨਹੀਂ, ਕਿਉਂਕਿ ਜਿੰਨਾ ਲੇਟ ਹੋ ਰਿਹਾ ਆ ਬਸ ਇਹ ਇਮੈਚੋਰਿਟੀ ਤੇ ਸ਼ੇਮ ਵਾਲੀ ਗੱਲ ਆ ਸਰਕਾਰਾਂ ਲਈ, ਚਾਹੇ ਓਮਾਨ ਲਈ ਹੋਵੇ, ਚਾਹੇ ਇੰਡੀਅਨ ਨੇਵੀ ਲਈ ਹੋਵੇ, ਕਿਸੇ ਲਈ ਵੀ ਹੋਵੇ। ਆਪਾਂ ਬਲੇਮ ਗੇਮ ਨਹੀਂ ਕਰ ਰਹੇ, ਲੇਕਿਨ ਆਪਾਂ ਨੂੰ ਜਦ ਤੱਕ ਰਿਜ਼ਲਟ ਨਹੀਂ ਮਿਲੂਗਾ ਆਪਾਂ ਤਾਂ ਦੇਖੋ ਹੁਣ ਇਹ ਚੀਜ਼ ਕਰਨੀ ਆ। ਥੈਂਕ ਯੂ।